ਸਾਡੇ ਤੇ ਹੋਣ ਵਾਲੀਆਂ ਲੱਗਣ ਵਾਲੀਆਂ ਉਹ ਨੀਤੀਆਂ ਸਾਂਝੀ ਨੇ, ਇਹ ਪੂੰਜੀਵਾਦ ਪ੍ਰਬੰਧ ਦੇ ਜਿਹੜੇ ਹਮਲੇ ਨੇ ਉਹ ਸਾਂਝੇ ਨੇ, ਤੇ ਸਾਡੀ ਆਰਥਿਕ ਵਿਵਸਥਾ ਦੇ ਚੁੱਲ੍ਹਿਆਂ ਦੀ ਹਾਲਤ ਸਾਂਝੀ ਹੈ, ਤੇ ਸਾਡਾ ਦੁਸ਼ਮਣ ਵੀ ਸਾਂਝਾ ਹੈ। ਇਸ ਕਰਕੇ ਇਹ ਲੜਾਈ ਵੱਡੀ ਹੈ, ਇਹ ਕਿਸੇ ਇਕੱਲੇ ਇੱਕ ਤੋਂ ਜਿੱਤੀ ਨਹੀਂ ਜਾ ਸਕਦੀ। ਇਹਦੇ ਵਰਗੇ ਸਾਂਝੇ ਚੱਲਣ ਦੀ ਬਹੁਤ ਲੋੜ ਮਹਿਸੂਸ ਕੀਤੀ ਅਸੀਂ ਪੰਡੀ ਦੇ ਵਿੱਚ। ਜਦੋਂ ਇੱਕ ਇਕੱਠ ਕੀਤਾ ਤਾਂ ਸਾਨੂੰ ਸਾਡੇ ਆ ਛੋਟੇ ਦੁਕਾਨਦਾਰ ਭਰਾਵਾਂ ਦਾ ਇਹ ਰੋਸ ਸੀ ਕਿ ਚੌਥੇ ਦਿਨ ਕਿਸਾਨ ਸੜਕਾਂ ਤੇ ਆ ਜਾਂਦੇ ਨੇ, ਵਿਹਲੇ ਕਿਸਾਨ ਨੇ। ਜਦੋਂ ਹੜ੍ਹ ਆਉਂਦਾ ਉਹ ਛੋਟੇ ਪੌਦੇ ਪਹਿਲਾਂ ਡੁੱਬ ਜਾਂਦੇ ਆ, ਤੇ ਛੋਟੇ ਭਰਾ ਸਾਡੇ ਦੇ ਵਿੱਚੋਂ ਜਦੋਂ ਅਸੀਂ ਬੋਲਿਆ ਵੀ ਛੋਟੇ ਦੁਕਾਨਦਾਰ ਭਰਾਵੋ ਤੇ ਛੋਟੇ ਸੰਤਕਾਰੋ, ਸੋਡਾ ਵੀ ਇੱਕ ਦਿਨ ਇਹ ਦਿਨ ਆਉਣਾ ਜਿਹੜੇ ਦਿਨ ਅੱਜ ਸਾਡੇ ਦਿਨ ਹੈ। ਅਸੀਂ ਤਾਂ ਕੂਕਾਂ ਮਾਰ ਕੇ ਕਹਿ ਰਹੇ ਹਾਂ ਕਿ ਖੇਤੀ ਧੰਦੇ ਤੋਂ ਪੰਜੀ ਨਹੀਂ ਬਚਦੀ, ਖੇਤੀ ਬਰਬਾਦ ਹੋ ਗਈ, ਖੇਤੀ ਚੋਂ ਮੁਨਾਫਾ ਨਹੀਂ ਮਿਲਦਾ, ਖੇਤੀ ਦੇ ਸਿਰ ਕਰਜ਼ਾ ਚੜ ਗਿਆ, ਇਹ ਕਰਜ਼ਾ ਹੁਣ ਖੇਤੀ ਦੀ ਆਮਦਨ ਉਤਰ ਵਾਲਾ ਨਹੀਂ, ਤੇ ਇਹਦੇ ਕਰਕੇ ਅਸੀਂ ਖੁਦਕੁਸ਼ੀਆਂ ਕਰ ਰਹੇ ਹਾਂ। ਇਹਦੇ ਕਰਕੇ ਤਿੰਨ ਤਿੰਨ ਜੀ ਘਰਾਂ ਦੇ ਵਿੱਚੋਂ ਕੱਠੀਆਂ ਲਾਸ਼ਾਂ ਨਿਕਲਦੀਆਂ ਨੇ। ਉਦੋਂ ਭਰਾਵੋ ਨਾਲ ਤੁਹਾਨੂੰ ਇਹ ਵੀ ਸੀ ਕਿ ਪ੍ਰਚੂਨ ਦੇ ਧੰਦੇ ਨੇ ਵੀ ਖਤਮ ਹੋ ਜਾਣਾ, ਤੇ ਛੋਟੀ ਦੁਕਾਨਦਾਰੀ ਨੇ ਵੀ ਖਤਮ ਹੋ ਜਾਣਾ, ਤੇ ਛੋਟੀਆਂ ਸੰਦਤਾਂ ਨੇ ਵੀ ਖਤਮ ਹੋ ਜਾਣਾ। ਉਦੋਂ ਇੱਕ ਦੁਕਾਨਦਾਰ ਸੀ ਗੰਡੂਆ ਪਿੰਡ ਦਾ, ਉਹ ਮੈਨੂੰ ਜਾਣਦਾ ਸੀ, ਉਹ ਕਹਿੰਦਾ ਪ੍ਰਧਾਨ ਜੀ ਸਾਨੂੰ ਇਹ ਗੱਲ ਸਮਝ ਨਹੀਂ ਆਈ, ਤੇ ਤਾਂ ਠੀਕ ਹੈ ਵੀ ਤੁਹਾਡਾ ਧੰਦਾ ਬਰਬਾਦ ਹੋ ਗਿਆ, ਅਸੀਂ ਤਾਂ ਕਹਿੰਦਾ ਬਾਣੀਏ ਹੁੰਦੇ ਹਾਂ, ਅਸੀਂ ਤਾਂ ਇਧਰੋਂ ਸੌਦਾ ਚੱਕ ਕੇ ਇਧਰ ਦੇਣਾ ਹੁੰਦਾ, ਤੇ ਅਸੀਂ ਇਧਰੋਂ ਘੱਟ ਰੇਟ ਤੇ ਲੈ ਕੇ ਵੱਧ ਰੇਟ ਤੇ ਵੇਚਣਾ ਮੁਨਾਫਾ ਹੁੰਦਾ। ਭਲਾ ਤੁਹਾਡੀ ਇਹ ਕੀ ਤੁੱਕਾ ਹੈ ਕਿ ਪ੍ਰਚੂਨ ਦਾ ਧੰਦਾ ਵੀ ਤਬਾਹ ਹੋ ਜੂਗਾ, ਜੇ ਮਾਲ ਵਿਕ ਗਿਆ ਵਿਕ ਗਿਆ, ਤੇ ਨਾ ਵਿਕਿਆ ਸਾਡਾ ਦੁਕਾਨ ਚ ਪਿਆ ਘਾਟਾ, ਫਿਰ ਕਿਹੜੀ ਗੱਲ ਦਾ ਹੁੰਦਾ। ਮੈਂ ਕਿਹਾ ਲਾਲਾ ਇੱਕ ਗੱਲ ਸੁਣ ਲਾ ਕਿ ਤੂੰ ਇੱਕ ਦਿਨ ਆਪਦੇ ਘਰੇ ਜਾ ਕੇ ਐ ਕਹੇਗਾ ਕਿ ਅੱਜ ਪਤਾ ਨੀ ਕਿਹੋ ਜਿਹਾ ਦਿਨ ਚੜਿਆ ਕਿ ਇੱਕ ਵੀ ਗਾਹਕ ਦਾ ਮੂੰਹ ਦੇਖਣ ਨੂੰ ਨਹੀਂ ਮਿਲਿਆ। ਕਾਰਨ ਇਹ ਨਹੀਂ ਕਿ ਤੇਰਾ ਸੌਦਾ ਵਿਕ ਗਿਆ ਕਿ ਨਹੀਂ ਵਿਕ ਗਿਆ, ਕਾਰਨ ਇਹ ਹੈ ਕਿ ਖਰੀਦਦਾਰਾਂ ਕੋਲੇ ਪੈਸਾ ਨਹੀਂ ਹੋਣਾ। ਬਾਜ਼ਾਰ ਦੇ ਵਿੱਚ ਕਹਿ ਰਿਹਾ ਸਾਥੀਓ, ਬਾਜ਼ਾਰ ਦੇ ਵਿੱਚ ਬੋਲ ਰਿਹਾ ਸਾਥੀਓ, ਤੁਸੀਂ ਸਾਰੇ ਦੁਕਾਨਦਾਰ ਸੁਣ ਰਹੇ ਹੋ, ਆਪਦੇ ਆਪਦੀ ਦੁਕਾਨਾਂ ਕਨੀ ਨਜ਼ਰ ਮਾਰ ਕੇ ਦੇਖੋ, ਜਿਹੜੀ ਵਿਕਰੀ ਤੁਹਾਡੀ 10 ਸਾਲ ਪਹਿਲਾਂ ਹੁੰਦੀ ਸੀ ਅੱਜ ਉਹ ਵਿਕਰੀ ਕਿਉਂ ਨਹੀਂ ਹੁੰਦੀ। ਇਹਦਾ ਇੱਕ ਕਾਰਨ ਹੈ, ਇਹਦਾ ਇੱਕ ਕਾਰਨ ਹੈ। ਜੇ ਇਹ ਕਾਰਨ ਹੈ ਤਾਂ ਨਵੀਆਂ ਆਰਥਿਕ ਨੀਤੀਆਂ ਕਰਕੇ ਹੈ, ਵਿਸ਼ਵ ਵਪਾਰ ਸੰਸਥ ਦੀਆਂ ਨੀਤੀਆਂ ਕਰਕੇ ਹੈ, ਇਹ ਸੰਸਾਰ ਬੈਂਕ ਦੀਆਂ ਹਦਾਇਤਾਂ ਕਰਕੇ ਹੈ, ਇਹ ਪੂੰਜੀਵਾਦੀ ਪ੍ਰਬੰਧ ਕਰਕੇ ਹੈ, ਇਹ ਸਾਮਰਾਜੀ ਸਿਸਟਮ ਕਰਕੇ ਹੈ, ਇਹ ਕਾਰਪੋਰੇਟਿਵ ਪੱਖੀ ਸਰਕਾਰ ਕਰਕੇ ਹੈ।